ਅਲਮਸਤ ਬਾਪੂ ਲਾਲਵਾ ਸ਼ਾਹ ਜੀ ਦਾ 49ਵਾਂ ਮੇਲਾ ਸਾਈਂ ਹੰਸ ਦਰਵੇਸ਼ ਉਹਨਾਂ ਦੀ ਰਹਿਣ ਵਾਈ ਥੱਲੇ ਬੜੀ ਧੂਮਧਾਮ ਦੇ ਨਾਲ ਜਿੱਦਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ, ਜਿਹਦੇ ਵਿੱਚ ਸੰਗਤਾਂ ਦੇ ਅਸੀਂ ਸਾਰੇ ਲੰਗਰ ਦਾ, ਪਾਣੀ ਦਾ ਜਾਂ ਹੋਰ ਵੀ ਜਿਹੜੀਆਂ ਸਹੂਲਤਾਂ ਸੰਗਤਾਂ ਨੂੰ ਪ੍ਰੋਵਾਈਡ ਕਰਨੀਆਂ ਉਹ ਸਾਰੀਆਂ ਮੁਕੰਮਲ ਕਰ ਰਹੀਆਂ ਆ। ਅਤੇ ਖਾਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ SDM ਸਾਹਿਬ ਦੇ ਨਾਲ ਵੀ ਸਾਡੀ ਮੀਟਿੰਗ ਹੋ ਗਈ, ਉਹਦੇ 'ਚ SDM ਸਾਹਿਬ ਨੇ ਬੜਾ ਸਹਿਯੋਗ ਦਿੱਤਾ ਔਰ ਉਹਨਾਂ ਨੇ ਆਪ ਆਪਣੇ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਔਰ ਮੀਟਿੰਗ ਕਰਕੇ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਹਦਾਇਤ ਕਰ ਦਿੱਤੀ ਆ ਵੀ ਬਾਪੂ ਜੀ ਦੇ ਦਰਬਾਰ ਦੇ ਵਿੱਚ ਕਿਸੇ ਕਿਸਮ ਦੀ ਵੀ ਫੇਵਰ ਦੀ ਲੋੜ ਹੋਵੇ ਤਾਂ ਹਰ ਲਵੀ ਮਹਿਕਮਾ ਜਿਹੜਾ ਆ ਉਸੇ ਵਚਨਬੱਧ ਹੋਣਾ ਚਾਹੀਦਾ, ਹਰ ਵੇਲੇ ਰੈਡੀ ਹੋਣਾ ਚਾਹੀਦਾ। ਅਤੇ ਸਰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਵੱਲੋਂ? ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜਿਹੜੇ ਸੰਗਤ ਜਿਹੜੀ ਆ ਦੇਸ਼ਾਂ ਵਿਦੇਸ਼ਾਂ 'ਚੋਂ ਜਾਂ ਸਾਰੇ ਪੰਜਾਬ 'ਚੋਂ ਜਾਂ ਹਿੰਦੁਸਤਾਨ 'ਚੋਂ ਜਿਹੜੀ ਆਉਂਦੀ ਹੈਗੀ ਆ ਉਹਨਾਂ ਦੀ ਸਹੂਲਤ ਲਈ ਪ੍ਰਸ਼ਾਸਨ ਜਿਹੜਾ ਹੈਗਾ ਆ ਉਹਨਾਂ ਦੀ ਦੇਖ ਰੇਖ ਕਰੇ ਔਰ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਤੰਗੀ ਨਾ ਆਵੇ। ਸਰ ਕੋਈ ਪ੍ਰੋਗਰਾਮ ਬਾਰੇ ਵੀ ਦੱਸ ਦਿਓ ਕਿੱਦਾਂ? ਹਾਂ, ਅਲਮਸਤ ਬਾਪੂ ਲਾਲਵਾ ਸ਼ਾਹ ਜੀ ਦਾ ਸਾਲਾਨਾ ਜਿਹੜਾ ਮੇਲਾ ਆ ਉਹਦੇ 'ਚ 17 ਤਰੀਕ ਨੂੰ ਅਸੀਂ ਮਹਿੰਦੀ ਦੀ ਰਸਮ ਕਰ ਰਹੇ ਹਾਂ, 18 ਤਰੀਕ ਨੂੰ ਝੰਡੇ ਦੀ ਰਸਮ ਜਿਹੜੀ ਹੈਗੀ ਆ ਸਾਈਂ ਹੰਸ ਦਰਵੇਸ਼ ਜੀ ਆਪਣੇ ਘਰ ਕਮਲਾਂ ਨਾਲ ਕਰਨਗੇ ਅਤੇ 19 ਤਰੀਕ ਨੂੰ ਜਿਹੜਾ ਆ ਉਹ ਸੱਭਿਆਚਾਰ ਜਿਹੜਾ ਪ੍ਰੋਗਰਾਮ ਹੋਏਗਾ ਔਰ 20 ਤਰੀਕ ਨੂੰ ਚਾਦਰ ਦੀ ਰਸਮ ਸਾਈਂ ਹੰਸ ਦਰਵੇਸ਼ ਜੀ ਕਰਨਗੇ ਅਤੇ ਸਾਰਿਆਂ ਨੂੰ ਪਹਿਲਾਂ ਜਦੋਂ ਸ਼ੁਰੂਆਤ ਕਰਾਂਗੇ 18 ਤਰੀਕ ਨੂੰ ਉਹਦੇ 'ਚ ਕਰਾਮਤ ਅਲੀ ਜੋ ਬਾਪੂ ਜੀ ਦੇ ਜਿਹਦੇ ਜੀ ਜੋ ਮੇਲਾ ਹੁੰਦਾ ਸੀ ਉਸ ਵੇਲੇ ਉਹ ਸ਼ੁਰੂਆਤ ਉਹਨਾਂ ਨੇ ਕਰਨੀ ਹੈ ਤਾਂ ਉਹਨਾਂ ਵੱਲੋਂ ਕਰਵਾਈ ਜਾਊਗੀ। ਅਤੇ ਸਰ ਹੋਰ ਕੋਈ ਕਲਾਕਾਰ ਜਿਹੜੇ ਆ ਰਹੇ ਉਹਨਾਂ ਬਾਰੇ? ਇਹ ਸਾਰੇ ਸਾਡੇ ਬਲਰਾਜ ਜੀ ਬੈਠੇ ਆ ਅਤੇ ਧੰਮੀ ਸਾਹਿਬ ਬੈਠੇ ਆ, ਤੁਹਾਨੂੰ ਜਾਣੂ ਕਰਾਉਣਗੇ। ਟ੍ਰੈਫਿਕ ਜਿਹੜੀ ਆ ਉਹ ਸ਼ਹਿਰ ਦੇ ਵਿੱਚ ਘਟਾ ਕੇ ਅਤੇ ਸਾਈਡਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਪੁਆਇੰਟ ਬਣਾ ਦਿੱਤੇ ਹੈਗੇ ਆ, ਜਿੱਦਾਂ ਲੁਧਿਆਣੇ ਦੀ ਜਿਹੜੀ ਟ੍ਰੈਫਿਕ ਲੁਧਿਆਣੇ ਵੱਲੋਂ ਆਉਂਦੀ ਆ ਉਹ ਅਸੀਂ ਇਹਨੂੰ ਮਊ ਵੱਲ ਵਿੱਚ ਦੀ ਡਿਵਾਈਡ ਕਰ ਦਿੱਤੀ ਹੈਗੀ ਆ ਅਤੇ ਜਿਹੜੀ ਜਲੰਧਰ ਰੋਡ ਵਾਲੀ ਹੈਗੀ ਆ ਉਹ ਅਸੀਂ ਕੁਝ ਸਿਟੀ ਦੇ ਵਿੱਚ ਦੀ ਕਰਤੀ, ਕੁਛ ਬਾਈਪਾਸ ਜਿਹੜਾ ਨੂਰਮਹਿਲ ਰੋਡ ਤੋਂ ਸਟੇਟ ਸਕੂਲ ਤੋਂ ਆਉਂਦੀ ਆ ਅਤੇ ਉੱਧਰ ਉਹਦੇ ਵਿੱਚ ਦੀ ਕਰਤੀ ਆ। ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰੇ ਮੀਡੀਆ ਦਾ ਧੰਨਵਾਦ, ਸਾਡੇ ਖਾਸ ਕਰਕੇ ਜਿਹੜਾ ਮੇਲਾ ਬਾਪੂ ਲਾਲਵਾ ਸ਼ਾਹ ਸਰਕਾਰ ਦਾ ਹੋ ਰਿਹਾ, 17 ਤੋਂ ਮਹਿੰਦੀ ਦੀ ਰਸਮ ਹੈ, 18 ਨੂੰ ਝੰਡੇ ਦੀ ਰਸਮ ਆ, 19 ਅਤੇ 20 ਨੂੰ ਇਹ ਮੇਲਾ ਚੱਲਣਾ ਅਤੇ 20 ਨੂੰ ਲਾਸਟ ਚਾਦਰ ਦੀ ਰਸਮ ਆ। ਇਹ ਸਾਰੀ ਹੰਸ ਸਾਈਂ ਹੰਸ ਦਰਵੇਸ਼ ਜੀ ਦੀ ਰਹਿਨਮਾਈ ਅਤੇ ਸਾਡੇ ਪਵਨ ਗਿੱਲ ਸਾਹਿਬ ਸਾਰੀ ਜਿੰਨੀ ਸਾਰੀ ਪ੍ਰਬੰਧਕੀ ਕਮੇਟੀ ਆ ਜਿੰਨੇ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਮੇਲਾ ਹੋ ਰਿਹਾ ਜੀ। ਅਤੇ ਜਿੱਥੇ ਗੱਲ ਤੁਸੀਂ ਕਲਾਕਾਰਾਂ ਦੀ ਕੀਤੀ ਆ, ਕਿਉਂਕਿ 18 ਰਾਤ ਤੋਂ ਹੀ ਜਿਹੜਾ ਕਲਾਕਾਰਾਂ ਦਾ ਜਿਹੜਾ ਸਾਰਾ ਸ਼ੁਰੂ ਹੋ ਜਾਣਾ ਜੀ, ਕਰਾਮਤ ਅਲੀ ਜਿਹੜੇ ਇਸ ਦਰਬਾਰ ਦੇ ਦਰਬਾਰੀ ਕਵਾਲ ਨੇ ਉਹਨਾਂ ਤੋਂ ਕਵਾਲ ਦੀ ਜਿਹੜੀ ਸ਼ੁਰੂਆਤ ਹੋਊਗੀ, ਉਸ ਤੋਂ ਬਾਅਦ ਵਨੀਤ ਖਾਨ ਜੀ, ਤਨਵੀਰ ਹੁਸੈਨ ਜੀ, ਕਨਵਰ ਗਰੇਵਾਲ ਸਾਹਿਬ, ਤਾਂ ਦੇਰ ਰਾਤ ਤੱਕ ਹੋਰ ਬਹੁਤ ਉੱਚ ਕੋਟੀ ਦੇ ਫਨਕਾਰਾਂ ਨੇ ਹਾਜ਼ਰੀ ਲਵਾਉਣੀ ਆ। ਇਸੇ ਤਰ੍ਹਾਂ 19 ਤਰੀਕ ਸਵੇਰੇ ਵੇਲੇ ਸਰ ਜਿਹੜਾ 9 ਵਜੇ ਅਸੀਂ ਸਟੇਜ ਨੂੰ ਸਟਾਰਟ ਕਰਾਂਗੇ, ਜਿਹਦੇ ਵਿੱਚ ਸੰਗਰਾਮ ਜੀ ਖਾਨ, ਖਾਨ ਸਾਹਿਬ, ਮਾਸ਼ਾ ਅਲੀ, ਫਿਰੋਜ਼ ਖਾਨ, ਵਿੱਕੀ, ਸੱਜਣ ਅਦੀਬ ਅਤੇ ਭੁਪਿੰਦਰ ਗਿੱਲ, ਬੂਟਾ ਮਾਮਾ ਜੀ 19 ਤਰੀਕ ਨੂੰ ਖਾਸ ਜਿਹੜਾ ਦਿਨ ਦੀ ਮਹਿਫਲ ਚੱਲਣੀ ਉਹਦੇ ਵਿੱਚ ਆਪਣੀ ਹਾਜ਼ਰੀ ਲਵਾਉਣਗੇ। ਅਤੇ 19 ਰਾਤ ਨੂੰ ਇਸ ਵਾਰੀ ਸਪੈਸ਼ਲ ਹੰਸ ਸਾਈਂ ਜੀ ਦੇ ਦਰਵੇਸ਼ ਜੀ ਦੇ ਉਹਨਾਂ ਦੇ ਸਪੁੱਤਰ ਨੇ ਜੀ ਵੱਡੇ ਨਵਰਾਜ ਹੰਸ ਜੀ, ਉਹਨਾਂ ਦੀ ਮਹਿਫਲ ਆ, ਉਹਨਾਂ ਨੇ ਹਾਜ਼ਰੀ ਲਵਾਉਣੀ ਆ। ਉਹਨਾਂ ਤੋਂ ਬਾਅਦ ਜੋਤੀ ਨੂਰਾ, ਸੁਲਤਾਨਾ ਨੂਰਾ, ਉਹਨਾਂ ਤੋਂ ਬਾਅਦ ਹੋਰ ਬਹੁਤ ਲੰਬੀ ਲਿਸਟ ਆ ਜੀ, ਉਹਦੇ ਵਿੱਚ ਵੱਡੇ ਵੱਡੇ ਫਨਕਾਰਾਂ ਨੇ ਹਾਜ਼ਰੀ ਲਵਾਉਣੀ ਆ। ਇਸੇ ਤਰ੍ਹਾਂ ਫਿਰ 20 ਤਰੀਕ ਨੂੰ ਫਿਰ ਸਵੇਰੇ 9 ਵਜੇ ਜਿਹੜਾ ਮੇਲਾ ਸਟਾਰਟ ਹੋ ਜਾਣਾ, ਜਿੱਥੇ ਬਲਕਾਰ ਅਣਖੀਲਾ ਜੀ, ਉਸ ਤੋਂ ਇਲਾਵਾ ਕਮਲ ਖਾਨ,
ਤੋਂ ਇਲਾਵਾ ਹੋਰ ਕਾਫੀ ਰਣਜੀਤ ਰਾਣਾ, ਕਾਫੀ ਹੋਰ ਫਨਕਾਰ ਵੀ ਨੇ ਜਿਨ੍ਹਾਂ ਦੀ ਲੰਬੀ ਲਿਸਟ ਆ, ਥੋੜ੍ਹੇ ਬਹੁਤੇ ਧੰਮੀ ਸਾਹਿਬ ਵੀ ਦੱਸਣਗੇ। ਸੋ ਸਾਰਿਆਂ ਨੇ ਜੀ ਇੱਥੇ ਦਰਬਾਰ 'ਤੇ ਹਾਜ਼ਰੀਆਂ ਲਵਾਉਣੀਆਂ, ਕਿਉਂਕਿ ਕਲਾਕਾਰ ਕੋਈ ਵੀ ਇੱਥੇ ਕਲਾਕਾਰ ਨਹੀਂ ਬਣ ਕੇ ਆਉਂਦਾ, ਸਿਰਫ ਹਾਜ਼ਰੀ ਦੇ ਤੌਰ 'ਤੇ ਆਉਂਦੇ। ਸਾਰੇ ਅਸੀਂ ਕਲਾਕਾਰਾਂ ਨੇ ਜਿਨ੍ਹਾਂ ਨੇ ਮੇਲੇ ਦੇ ਵਿੱਚ ਗਾਉਣਾ, ਉਹਨਾਂ ਦਾ ਅਸੀਂ ਪਹਿਲਾਂ ਹੀ ਐਡਵਾਂਸ ਵਿੱਚ ਬਹੁਤ ਉਹਨਾਂ ਦਾ ਥੈਂਕਸ ਕਰਦੇ ਹਾਂ ਕਿ ਉਹਨੇ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਬਾਪੂ ਜੀ ਦੇ ਦਰਬਾਰ 'ਤੇ ਆਸ਼ੀਰਵਾਦ ਲੈਣ ਆ ਰਿਹਾ ਅਤੇ ਹਾਜ਼ਰੀ ਭਰਨ ਆ ਰਿਹਾ। ਸਭ ਤੋਂ ਪਹਿਲਾਂ ਤਾਂ 39ਵਾਂ ਮੇਲਾ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ 'ਤੇ, ਔਰ ਸਾਰੀ ਸੰਗਤ ਨੂੰ, ਸਾਰੇ ਇਲਾਕੇ ਨੂੰ, ਦੁਨੀਆਂ 'ਚ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਸ਼ਰਧਾਲੂਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਜਿਵੇਂ ਗਿੱਲ ਸਾਹਿਬ ਅਤੇ ਬਦਰਾਜ ਹੋਣਾ ਨੇ ਦੱਸਿਆ ਹੀ ਆ ਸਾਰੇ ਡਿਟੇਲ 'ਚ, ਇਹ ਸਾਈਂ ਹੰਸ ਦਰਵੇਸ਼ ਉਹਨਾਂ ਦੀ ਰਹਿਨੁਮਾਈ ਦੇ ਵਿੱਚ, ਔਰ ਪਵਨ ਗਿੱਲ ਜਿਹੜੇ ਚੇਅਰਮੈਨ ਨੇ, ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਸਾਰੀ ਟੀਮ ਉਹਨਾਂ ਦੇ ਨਾਲ ਲੱਗ ਕੇ ਅਸੀਂ ਸਾਰਿਆਂ ਨੇ ਦਿਨ ਰਾਤ ਕੀਤਾ। ਔਰ ਮੈਂ ਉਚੇਚੇ ਤੌਰ 'ਤੇ ਪਵਨ ਗਿੱਲ ਹੋਣਾ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਕਿ ਅੱਜ ਵੀ ਸਵੇਰ ਦੇ ਲੱਗੇ ਹਾਂ। ਇਕੱਲੀ ਇਕੱਲੀ ਗੱਲ ਤੁਸੀਂ ਯਕੀਨ ਨਹੀਂ ਕਰੋਗੇ, ਇਕੱਲੀ ਇਕੱਲੀ ਗੱਲ ਕਿ ਛਬੀਲ ਕਿੱਥੇ ਚਾਹੀਦੀ ਹੈ, ਲੰਗਰ ਕਿੱਥੇ ਚਾਹੀਦਾ, ਬੀਬੀਆਂ ਨੂੰ ਕਿੱਥੇ ਆਰਾਮ ਕਰਨ ਲਈ ਜਗ੍ਹਾ ਦੇਣੀ ਆ, ਕਿਹੜੀ ਕਿਹੜੀ ਚੀਜ਼ ਕਿੱਥੇ ਚਾਹੀਦੀ ਆ। ਔਰ ਇਹ ਬਹੁਤ ਬਰੀਕ ਗੱਲਾਂ ਹੁੰਦੀਆਂ ਜਿਹੜੀਆਂ ਮੇਲੇ ਨੂੰ ਕਾਮਯਾਬ ਕਰਦੀਆਂ, ਔਰ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਬਹੁਤ ਕੁਛ ਬਹੁਤ ਵਧੀਆ ਹੋ ਰਿਹਾ। ਅਤੇ ਕਲਾਕਾਰਾਂ ਬਾਰੇ ਬਦਰਾਜ ਹੋਣਾ ਨੇ ਦੱਸ ਹੀ ਦਿੱਤਾ, ਮੇਰੇ ਛੋਟੇ ਵੀਰ ਨੇ, ਅਤੇ ਸਾਡੀ ਡਿਊਟੀ ਗਿੱਲ ਸਾਹਿਬ ਨੇ ਅਤੇ ਹੰਸ ਹੋਣਾ ਨੇ ਔਰ ਸਾਰੀ ਸੇਵਾਦਾਰਾਂ ਨੇ, ਟੀਮ ਨੇ, ਸਾਡੀ ਡਿਊਟੀ ਇਹ ਲਾਈ ਆ ਕਿ ਜਿਹੜੇ ਕਲਾਕਾਰ ਆਉਂਦੇ ਆ ਉਹਨਾਂ ਨੂੰ ਇੱਕ ਤਾਂ ਬਕਾਇਦਾ ਬਣਦਾ ਟਾਈਮ ਦੇਣਾ, ਅਤੇ ਉਸ ਤੋਂ ਬਾਅਦ ਉਹ ਕੋਈ ਵੀ ਜਿਹੜਾ ਕਲਾਕਾਰ ਆ ਉਹ ਇੱਥੋਂ ਨਿਰਾਸ਼ ਨਾ ਜਾਵੇ। ਉਹਦੇ ਨਾਲ ਨਾਲ ਮੈਂ ਇੱਕ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਦਰਬਾਰ ਵੱਲੋਂ ਬਕਾਇਦਾ ਬੁਲਾਏ ਗਏ ਹੁੰਦੇ ਕਲਾਕਾਰ, ਉਹਨਾਂ ਸਾਰਿਆਂ ਨੂੰ ਬਕਾਇਦਾ ਟਾਈਮ ਦਿੱਤਾ ਜਾਂਦਾ ਪਹਿਲਾਂ ਹੀ ਐਡਵਾਂਸ ਦੇ ਵਿੱਚ, ਤਾਂ ਕਿ ਕਿਸੇ ਦਾ ਟਾਈਮ ਕਿਸੇ ਨਾਲ ਰਲੇ ਨਾ। ਪਰ ਉਸ ਤੋਂ ਬਾਅਦ ਵੀ, ਉਸ ਤੋਂ ਬਿਨਾਂ ਵੀ ਜਿਹੜੇ ਸ਼ਰਧਾ ਦੇ ਮੁਤਾਬਕ ਜਿੰਨੇ ਕਲਾਕਾਰ ਉੱਥੇ ਆ ਜਾਂਦੇ ਆ, 19 ਤਰੀਕ ਨੂੰ ਸਵੇਰ ਨੂੰ ਸ਼ੁਰੂ ਹੋ ਜਾਂਦਾ ਕੰਮ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਾਰੇ ਕਲਾਕਾਰਾਂ ਨੂੰ ਵੀ ਭਾਵੇਂ 5-5 ਮਿੰਟ, ਭਾਵੇਂ 2-2 ਮਿੰਟ ਦੀ ਹਾਜ਼ਰੀ ਦੇਈਏ। ਅਸੀਂ ਕੋਸ਼ਿਸ਼ ਕਰਾਂਗੇ ਪੂਰੀ, ਮੈਂ, ਮੇਰਾ ਵੀਰ ਬਦਰਾਜ ਔਰ ਸਾਰੀ ਟੀਮ, ਕਾਕਾ ਸਾਡਾ ਪਵਨ ਗਿੱਲ ਸਾਹਿਬ ਦੀ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਟੋਨੀ ਸੋਹਣੀ ਬੈਠੇ ਆ ਸਾਰੇ, ਅਸੀਂ ਸਾਰਿਆਂ ਨੂੰ ਉਹਨਾਂ ਟਾਈਮ ਦੇ ਕੇ ਉਹਨਾਂ ਦੀ ਸ਼ਰਧਾ ਦੇ ਮੁਤਾਬਕ ਉਹਨਾਂ ਦੀ ਹਾਜ਼ਰੀ ਕਬੂਲ ਹੋਵੇ ਦਰਬਾਰ ਦੇ ਵਿੱਚ, ਔਰ ਇਹ ਸਾਡੀ ਡਿਊਟੀ ਹੋਏਗੀ ਔਰ ਅਸੀਂ ਪੂਰੀ ਮਿਹਨਤ ਕਰਾਂਗੇ। ਅਤੇ ਉਮੀਦ ਹੈ ਕਿ ਬਾਪੂ ਜੀ ਦੇ ਆਸ਼ੀਰਵਾਦ ਨਾਲ ਅਸੀਂ ਇਸ ਚੀਜ਼ ਦੇ ਵਿੱਚ, ਇਸ ਸੇਵਾ ਦੇ ਵਿੱਚ ਕਾਮਯਾਬੀ ਹੋਵਾਂਗੇ। ਇਹ ਆ ਜੀ, ਇਹ ਮੇਲੇ ਦਾ ਇੱਕ ਬਕਾਇਦਾ ਚੈਨਲ ਬਣ ਗਿਆ ਹੈ, ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਨਾਂ 'ਤੇ ਚੈਨਲ ਹੈ, ਔਰ ਉਸ ਚੈਨਲ 'ਤੇ ਇਸ ਵਾਰ ਤੋਂ ਹੀ ਮੇਲਾ ਲਾਈਵ ਸ਼ੁਰੂ ਹੋਏਗਾ। ਮੇਲਾ ਬਕਾਇਦਾ ਲੋਕਾਂ ਲਈ, ਸੰਗਤ ਲਈ, ਸ਼ਰਧਾਲੂਆਂ ਲਈ ਲਾਈਵ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੱਲੇਗਾ। ਔਰ ਸਾਡੀ ਇਹ ਬੇਨਤੀ ਵੀ ਆ, ਅਸੀਂ ਪਵਨ ਗਿੱਲ ਸਾਹਿਬ ਦੀ ਸਲਾਹ ਦੇ ਨਾਲ, ਇਹਨਾਂ ਦੇ ਹੁਕਮ ਨਾਲ, ਅਸੀਂ ਸਾਰਿਆਂ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਜਿਵੇਂ ਤੁਸੀਂ ਦੇਖਦੇ ਹੋ ਹਰ ਵਾਰ ਦੀ ਤਰ੍ਹਾਂ ਜਿਹੜਾ ਕਵਰ ਕਰਨ ਲਈ, ਆਪਣੇ ਆਪਣੇ ਚੈਨਲ 'ਤੇ ਪਾਉਣ ਲਈ ਬਹੁਤ ਸਾਰੇ ਕੈਮਰੇ ਉੱਥੇ ਸੈਂਟਰ ਦੇ ਵਿੱਚ ਇਕੱਠੇ ਹੋ ਜਾਂਦੇ ਸੀ, ਜਿਹੜਾ ਕਰਕੇ ਆਡੀਅੰਸ ਨੂੰ ਬੜੀ ਮੁਸ਼ਕਲ ਹੁੰਦੀ ਸੀ ਕਿ ਇੰਨੇ ਸਾਰੇ ਲੋਕ ਕੈਮਰੇ ਦਾ ਕਵਰ ਕਰ ਰਹੇ। ਉਹਦਾ ਕਰਕੇ ਅਸੀਂ ਸਾਰਿਆਂ ਦੀ ਬਹੁਤ ਦੇਰ ਤੋਂ ਡਿਮਾਂਡ ਵੀ ਸੀਗੀ ਕਿ ਇੱਕ ਦਰਬਾਰ ਦਾ ਆਪਣਾ ਚੈਨਲ ਹੋਵੇ, ਉਹ ਚੈਨਲ ਹੀ ਕਵਰ ਕਰੇ ਤਾਂ ਕਿ ਸਾਰੇ ਲੋਕ ਚੰਗੀ ਤਰ੍ਹਾਂ ਦੇਖ ਸਕਣ, ਮੇਲੇ ਦਾ ਆਨੰਦ ਮਾਣ ਸਕਣ ਸ਼ਰਧਾ ਦੇ ਮੁਤਾਬਕ। ਅਤੇ ਉਸ ਚੈਨਲ 'ਤੇ ਹਮੇਸ਼ਾ ਵਾਸਤੇ ਪੂਰੀਆਂ ਗਤੀਵਿਧੀਆਂ ਦਰਬਾਰ ਦੀਆਂ ਔਰ ਸਾਰੇ ਮੇਲੇ ਬਕਾਇਦਾ ਚੰਗੀ ਤਰ੍ਹਾਂ ਪੈਣ। ਸੋ ਉੱਥੇ ਜਿਵੇਂ ਤੁਸੀਂ ਕੀਤਾ ਕਿ ਇਨਫੋਰਮੇਸ਼ਨ ਕੀ ਹੋਈ, ਹਾਂਜੀ, ਪ੍ਰਿੰਟ ਮੀਡੀਆ ਦੀ ਸੰਗਤ ਨੂੰ ਬਾਬਾ ਜੀ ਦੇ 39ਵੇਂ ਮੇਲੇ ਦੀ ਲੱਖ ਲੱਖ ਮੁਬਾਰਕ ਹੋਵੇ। ਬਾਕੀ ਸਾਡੇ ਨਾਲੇ ਸਾਥੀਆਂ ਨੇ ਤੁਹਾਨੂੰ ਪ੍ਰੋਗਰਾਮ ਤੋਂ ਸਾਰੇ ਦੱਸ ਹੀ ਦਿੱਤੇ ਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅਲਮਸਤ ਦਾਤਾ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਮੇਲੇ ਦੀ ਲੱਖ ਲੱਖ ਵਧਾਈ ਹੋਵੇ। ਜਕਾਰਾ ਬਾਪੂ ਲਾਲ ਬਾਦਸ਼ਾਹ ਜੀ ਦਾ, ਲਾਲ ਬਾਦਸ਼ਾਹ ਜੀ ਦੇ
49ਵੇਂ ਮੇਲੇ ਦੀ ਸਮੂਹ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਬਾਬਾ ਜੀ ਦੇ ਸ਼ਰਧਾਲੂ ਵਸਦਿਆਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਮੇਲੇ ਦੀਆਂ ਸਾਰਿਆਂ ਨੂੰ ਆਨੰਦ ਮਾਣਨ। ਮੇਲੇ ਦੀ ਸਾਰੀ ਸਾਧ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ। ਇਸ ਤੋਂ ਪਹਿਲਾਂ ਸਾਡੇ ਪਵਨ ਗਿੱਲ ਜੀ ਅਤੇ ਬਲਰਾਜ ਜੀ ਨੇ ਧੰਮੀ ਸਾਹਿਬ ਨੇ ਮੇਲੇ ਦੀ ਡਿਟੇਲ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਹੈ, ਫਿਰ ਵੀ ਮੈਂ ਕੁਛ ਵਾਅਦਾ ਕਰੂੰਗਾ ਕਿ ਪਵਨ ਗਿੱਲ ਜੀ ਅਗਵਾਈ ਹੇਠ ਸਾਡੀ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਨਾਲ ਆਪਣੇ ਜਿਹੜੇ ਸਿਟੀ ਇੰਚਾਰਜ ਮੈਡਮ ਜੀ ਹੈ ਉਹਨਾਂ ਨਾਲ ਗੱਲਬਾਤ ਹੋਈ ਸੀ, ਜਿਹੜਾ ਕਿ ਮੇਲੇ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਉਹ ਚਲਾਉਣ ਲਈ ਸਾਡੀ ਪੂਰੀ ਪੂਰੀ ਹੈਲਪ ਕਰਨਗੇ। ਐਸ ਡੀ ਐਮ ਸਾਹਿਬ ਨੇ ਬਹੁਤ ਵਧੀਆ ਬੰਦੇ ਨੇ, ਬੜਾ ਵਾਅਦਾ ਕੀਤਾ ਕਿ ਅਸੀਂ ਮੇਲੇ 'ਚ ਪੂਰਾ ਆਪਣੇ ਪਰਿਵਾਰ ਵਾਂਗੂ ਸਹਿਯੋਗ ਕਰਾਂਗੇ। ਜਿੱਥੋਂ ਤੱਕ ਟ੍ਰੈਫਿਕ ਦੀ ਸਮੱਸਿਆ ਆ, ਪੁਲਿਸ ਵਾਲਿਆਂ ਨਾਲ ਗੱਲ ਹੋ ਗਈ, ਪੁਲਿਸ ਨਾਲ ਤਕਰੀਬਨ ਉਹਨਾਂ ਨਾਲ ਸਾਰੇ ਹੀ ਰੂਟ ਜਿਹੜੇ ਆ ਫਿਕਸ ਕਰ ਦਿੱਤੇ ਗਏ ਆ। ਕਵਲ ਹੋਸਪਿਟਲ ਤੋਂ ਬਾਰ ਬਾਰ ਬਾਈਪਾਸ ਆਏਗਾ, ਫਲੋਰ ਤੋਂ ਆਉਣ ਵਾਲੀਆਂ ਸੰਗਤਾਂ ਲਈ ਮਾਹੂੰਵਾਲ ਰੋਡ ਔਰ ਜਿਹੜੇ ਮਹਿਤਪੁਰ ਤੋਂ ਆਉਣੀਆਂ ਰਮਾਨਪੁਰ ਤੋਂ ਬੰਦ ਹੋਊਗਾ, ਉਹਨਾਂ ਦੀ ਇੰਟਰੀ ਜਿਹੜੀ ਆ ਸਟੇਟ ਪਬਲਿਕ ਸਕੂਲ ਵੱਲੋਂ ਹੋਊਗੀ। ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਸੀਂ ਇਹ ਸਾਰਾ ਕੁਛ ਕੀਤਾ ਕਿ ਮੇਲੇ ਨੂੰ ਸੁਚਾਰੂ ਚਲਾਇਆ ਜਾਵੇ, ਇਸ ਦੇ ਨਾਲ ਹੀ ਸਾਡੇ ਸ਼ਹਿਰ ਵਾਸੀਆਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਜਿਹਦੇ ਨਾਲ ਕਿ ਟ੍ਰੈਫਿਕ ਦੀ ਸਮੱਸਿਆ ਜਾਂ ਲੰਘਣ ਦੀ ਸਮੱਸਿਆ ਆਉਣ ਜਾਣ ਦੀ ਸਮੱਸਿਆ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇੰਨਾ ਹੀ ਕਹਿੰਦਾ ਹੋਇਆ ਮੈਂ ਬਾਬਾ ਲਾਲ ਬਾਦਸ਼ਾਹ ਦਾ ਜਿਕਾਰਾ ਬਣਾਉਣਾ। ਜੈ 39ਵੇਂ ਮੇਲੇ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਬਾਪੂ ਲਾਲ ਬਾਦਸ਼ਾਹ ਜੀ ਦੇ 39ਵੇਂ ਮੇਲੇ ਦੀਆਂ ਸਾਰੇ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਜੈ ਮਸਤਾ ਦੀ।